पंजाब टीवी ऑस्ट्रेलिया देख रहे सारे दर्शकों का निघा स्वागत है। खवतीन हजरात अज तुहाडी मुलाकात मेहमाने मेलबर्न दे विच करवाउण जा रहे हैं। एक बहुत ही उगी शख्सियत, एक कद्दावर शायर अदब खेत्र दे विच उन्हां दा बहुत वड्डा नाम है। पाकिस्तान दे विच, पाकिस्तानी पंजाब दे विच चूनिया तो जिहड़ा कि कसूर दे बहुत 60-65 किलोमीटर की शायद दूरी ते पैंदा, ते उत्थों दे शायर जिहड़े अज साडे स्टूडियो च पहुंचे आ जनाब तजम्मल कलीम साहब। कलीम साहब बहुत बहुत स्वागत है तुहाडा, सति श्री अकाल, सलाम। सति श्री अकाल जी, वेलकम। बहुत खुशी हुई कि बाकी देशों नालों पहला ऑस्ट्रेलिया दे विच तुहाडी शिरकत हुई, तो जबकि हर एक देश दे विच तुहाडी डिमांड है पर साडा प्यार कबूलिया तुसीं, क्योंकि तुहाडी मशरूफियत उत्थे ही इन्नी ज्यादा है कि तुहाडे कोल वक्त नहीं मिलता। हुण भी कई जिहड़े तुहाडे मेन मैं कह सकदा कि जिन्हां ते तुहाडी डिमांड रहिंदी है, ਤੁਹਾਡੀ ਸਿਧਾਰਥ ਦੇ ਵਿੱਚ ਹੋਣ ਵਾਲੇ ਜਿਹੜੇ ਮੁਸ਼ਾਇਰੇ ਤੋਂ ਛੱਡ ਕੇ ਆਏ ਆ ਤੇ ਇੱਥੇ ਅੱਜ ਸਾਡੇ ਮੈਲਬਨ ਦੇ ਵਿੱਚ ਜਿਹੜਾ ਕਾਵਸ਼ਾਰ ਹੋਣ ਜਾ ਰਿਹਾ ਉਹਦੇ 'ਚ ਸ਼ਿਰਕਤ ਕਰ ਰਹੇ ਹੋ, ਪਹਿਲਾਂ ਤਾਂ ਤੁਹਾਡਾ ਮੈਲਬਨ ਦੇ ਵਿੱਚ ਬਹੁਤ ਸਵਾਗਤ, ਤੇ ਕਿਵੇਂ ਲੱਗ ਰਿਹਾ ਤੁਹਾਡਾ ਅਨੁਭਵ, ਕਿਵੇਂ ਲੱਗਿਆ ਇਹ? ਬਹੁਤ ਵਧੀਆ ਲੱਗ ਰਿਹਾ ਜੀ, ਮੈਂ ਪੰਜਾਬੀ ਪਿਆਰਿਆਂ ਦਾ ਬਹੁਤ ਮਸ਼ਕੂਰ ਹਾਂ ਤੇ ਖਾਸ ਕਰ ਰਾਕੇਸ਼ ਸਿਧਾਨਾ ਭਾਅ ਜੀ ਤੇ ਬੱਬਲ ਤੇ ਮੇਰਾ ਇੰਟਰਵਿਊ ਕਰ ਰਿਹਾ। ਵਾਹ ਜੀ ਵਾਹ, ਧੰਨਵਾਦ ਜੀ, ਸ਼ੁਕਰੀਆ। ਤੇ ਸਾਰੇ ਪਿਆਰਿਆਂ ਕਿਹਦਾ ਕਿਹਦਾ ਨਾਂ ਲਾਉਂਗਾ? ਨਹੀਂ, ਮੋਹਿਤ ਜੀ ਆਪਣੇ ਸਦਾਨਾ ਬ੍ਰਦਰ ਤੋਂ, ਮਨੂ ਸਦਾਨਾ ਜੀ, ਬਲੀ ਸਿੰਘ ਜੀ, ਗੁਰਵਿੰਦਰ ਰੋਹਾਮ, ਸਾਰੇ ਤੁਹਾਡੇ ਪਿਆਰ ਕਰਨ ਵਾਲੇ। ਮਨੂ ਸਦਾਨਾ ਦਾ ਲੀਡਰ ਹੈ ਸਾਡਾ। ਹਾਂਜੀ ਹਾਂਜੀ ਹਾਂਜੀ, ਮਨੂ ਸਦਾਨਾ ਲੀਡਰ ਹੈ। ਸਹੀ ਹੈ ਜੀ, ਤੇ ਅੱਜ ਪੰਜਾਬ ਟੀਵੀ ਤੇ ਜਿਹੜੇ ਸੈੱਟ ਤੇ ਤੁਸੀਂ ਬੈਠੇ ਹੋ ਤੇਜਿੰਦਰ ਗਿੱਲ ਜੀ, ਉਹਨਾਂ ਨੇ ਇਹ ਸਾਰਾ ਆਯੋਜਿਤ ਕੀਤਾ, ਤੇ ਪੰਜਾਬ ਟੀਵੀ ਨੂੰ ਸਲਾਮ ਹੈ ਜੀ ਤੁਹਾਡੇ ਕਰਕੇ, ਤੁਹਾਡੇ ਪਿਆਰ ਸਦਕਾ ਜੀ। ਜਿਹੜੇ ਦਰਸ਼ਕ ਆਪਾਂ ਨੂੰ ਦੇਖ ਰਿਹਾ ਇਸ ਟਾਈਮ ਜੀ, ਉਹ ਬਹੁਤ ਉਹਨਾਂ ਦੇ ਵਿੱਚੋਂ ਜਿਹੜੇ ਇਸ ਅਦਬ ਦੇ ਖੇਤਰ ਦੇ ਨਾਲ ਕਾਵ ਵੰਨਗੀਆਂ ਦੇ ਨਾਲ ਉਹਨਾਂ ਦਾ ਵਾਹ ਵਾਸਤਾ ਹੈਗਾ ਜੀ ਜੀ, ਉਹ ਤਾਂ ਤੁਹਾਡੇ ਦੀਵਾਨੇ ਨੇ ਜੀ ਜੀ, ਉਹਨਾਂ ਨੇ ਤਾਂ ਤੁਹਾਨੂੰ ਜਿਹੜੇ ਇੱਕ ਕਾਵਸ਼ਾਰ ਵਾਲੇ ਦਿਨ ਤੁਹਾਨੂੰ ਮਿਲਣਾ ਤੇ ਉਹਨਾਂ ਦੇ ਧੰਨ ਭਾਗ, ਉਹਨਾਂ ਦੇ ਫੋਨ ਵੀ ਆ ਰਹੇ ਜੀ ਜੀ ਕਿ ਕਾਵਸ਼ਾਰ ਆਪਣਾ ਹਜੇ ਦੂਰ ਹੈ ਤੇ ਸਾਡਾ ਇੰਤਜ਼ਾਰ ਜਿਹੜਾ ਉਹ ਸਾਡੇ ਤੋਂ ਹੋ ਨਹੀਂ ਰਿਹਾ ਜੀ ਜੀ, ਤੇ ਤੁਹਾਡੀ ਜਿਹੜੀ ਸ਼ਾਇਰੀ ਆ ਉਹਦਾ ਆਨੰਦ ਮਾਣਨ ਲਈ ਬਹੁਤ ਉਤਾਵਲੇ ਨੇ ਰੋਕ। ਜਿਹੜਾ ਜਿਹੜਾ ਤੁਹਾਡਾ ਸੰਬੰਧ ਹੈ ਕਵੀ ਨਾਲ, ਕਵਿਤਾ ਦੇ ਨਾਲ, ਸ਼ੇਰੋ ਸ਼ਾਇਰੀ ਨਾਲ ਜੀ ਜੀ, ਇਹ ਕਦੋਂ ਤੋਂ ਸਟਾਰਟ ਹੋਇਆ? ਇਹ ਥੋੜਾ ਜਿਹਾ ਆਪਦੇ ਪੜ੍ਹਾਈ ਦੇ ਨਾਲ ਨਾਲ ਜੋਬ ਦੇ ਨਾਲ ਨਾਲ ਇਹਨੂੰ ਤਾਲਮੇਲ ਬਣਾਉਣ ਦੀ ਕੁਛ ਥੋੜੀ ਜਿਹੀ ਕੋਸ਼ਿਸ਼? ਅੱਛਾ, ਕੁਝ ਗੱਲਾਂ ਐਸੀਆਂ ਜਿਹੜੀਆਂ ਹਰ ਬੰਦੇ ਦੇ ਸਮਝ ਨਹੀਂ ਆਉਂਦੀਆਂ। ਮਿਸਾਲ ਦੇ ਤੌਰ ਤੇ ਇਹ ਤੇ ਗਾਡ ਗਿਫਟਿਡ ਹੈ। ਵਾਹ ਜੀ ਵਾਹ, ਸਰਾਸਰ ਗਾਡ ਗਿਫਟਿਡ ਹੁੰਦਾ ਹੈ। ਮੈਂ ਕੋਈ 6-7 ਸਾਲ ਦਾ ਸੀਗਾ, ਸੋਰੀ ਮੇਰੇ ਉਹ ਮੌਸਮ ਦੀ ਵਜ੍ਹਾ ਤੋਂ ਪ੍ਰੋਬਲਮ ਹੋਈ ਆ, ਤੇ ਮੇਰੇ ਦਾਦਾ ਜੀ ਸ਼ਾਇਰ ਸੀ, ਨਾਮੀ ਸ਼ਾਇਰ ਸੀ, ਮੇਰੇ ਵਾਲਦ ਸਾਹਿਬ ਸ਼ਾਇਰ ਸੀਗੇ, ਚਾਰ ਚਾਚੇ ਸ਼ਾਇਰ ਸੀ। ਵਾਹ ਜੀ ਵਾਹ, ਬਹੁਤ ਖੂਬੀ। ਮਾਮੂ ਜੀ ਸ਼ਾਇਰ, ਅਤੇ ਦਾਦਾ ਜੀ ਨੇ ਆਫਿਸ ਤੋਂ ਆਉਣਾ ਹਾਂਜੀ, ਅਤੇ ਉਸ ਤੋਂ ਬਾਅਦ ਆ ਕੇ ਰੂਟੀਨ ਸੀ ਉਹਨਾਂ ਦੀ, ਇੱਕ ਆਫਿਸ ਤੋਂ ਆ ਕੇ ਉਹਨਾਂ ਨੇ ਸਾਰਿਆਂ ਨੂੰ ਬਿਠਾ ਲੈਣਾ ਸਾਹਮਣੇ, ਮਿਸਰਾ ਸੋਚ ਕੇ ਆਉਂਦੇ ਸੀ, ਆ ਕੇ ਸਾਰਿਆਂ ਨੂੰ ਮਿਸਰਾ ਦੇ ਦੇਣਾ, ਅਲੱਦਾ ਸਭ ਨੂੰ ਬਿਠਾ ਦੇਣਾ, ਚਲੋ ਬਈ ਸ਼ੇਰ ਕਵੋ ਕਿਆ। ਅਤੇ ਉਹ ਅੱਧਾ ਘੰਟਾ, ਮੈਂ ਕੋਲ ਬੈਠਾ ਹੁੰਦਾ ਸੀ ਛੋਟਾ ਜਿਹਾ 10-11 ਸਾਲ ਦਾ, ਅਤੇ ਮੈਂ ਦੇਖਣਾ ਕਿ ਅੱਧਾ ਘੰਟਾ ਜਾਂ ਪੌਣਾ ਘੰਟਾ ਜਿੰਨਾ ਟਾਈਮ ਦਿੰਦੇ ਸੀ। ਸਹੀ, ਉਸ ਤੋਂ ਬਾਅਦ ਕਹਿਣਾ ਬਸ ਬਈ ਤੂੰ ਸੁਣਾ ਤੂੰ ਕੀ ਕਿਹਾ, ਤੂੰ ਸੁਣਾ ਤੂੰ ਕੀ ਕਿਹਾ, ਸਭ ਨੇ ਸੁਣਾਉਣਾ, ਮੰਮੀ ਸੁਣ ਰਿਹਾ ਹੁੰਦਾ ਸੀ। ਸਹੀ, ਉਹ ਜਿਹਨੇ ਦਾਦਾ ਜੀ ਦੀ ਨਜ਼ਰ ਦੇ ਵਿੱਚ ਸਭ ਤੋਂ ਚੰਗਾ ਕਹਿਣਾ, ਦਾਦਾ ਜੀ ਨੇ ਉਹਨੂੰ ਇਨਾਮ ਦੇਣਾ। ਵਾਹ ਜੀ ਵਾਹ, ਵਾਹ ਜੀ ਵਾਹ, ਇਹ ਮੈਂ ਆਪਣੇ ਬਚਪਨ 'ਚ ਦੇਖਿਆ ਸਾਰਾ ਕੁਝ, ਅਤੇ ਮੈਂ ਉਸ ਵੇਲੇ ਮੈਂ ਉਹਨਾਂ ਤੋਂ ਪੁੱਛਣਾ ਕਿ ਇਹ ਕੀ ਹੈ, ਉਹਨਾਂ ਨੇ ਕਹਿਣਾ ਇਹ ਕਾਫੀ ਹੈ। ਠੀਕ ਹੈ ਜੀ, ਫਿਰ ਪੁੱਛਣਾ ਅੱਗੇ ਕੀ ਹੈ, ਇਹ ਰਦੀਫ ਹੈ। ਹਾਂਜੀ, ਉਹ ਇਹ ਚੀਜ਼ਾਂ ਦੀ ਮੈਨੂੰ ਮੇਰੀ ਤਰਬੀਅਤ ਹੀ ਇਸ ਮਾਹੌਲ ਦੇ ਵਿੱਚ ਹੋਈ ਆ। ਬੜੀ ਸੋਹਣੀ ਮਾਹੌਲ 'ਚ ਹੋਈ ਆ, ਧੰਨ ਭਾਗ ਆ ਤੁਹਾਡੇ। ਮੈਂ ਇਹ ਸੋਚਾਂ ਕਿ ਜਿਵੇਂ ਆਪਾਂ ਕਹਿੰਦੇ ਵੀ ਘਰਾਣਿਆਂ ਦਾ ਮਿਊਜ਼ਿਕ, ਜੇ ਆਪਾਂ ਸੰਗੀਤ ਨਾਲ ਕਹਿੰਦੇ ਵੀ ਇਹ ਘਰਾਣੇ ਦਾ ਤੁਰਿਆ ਆਉਂਦਾ, ਅਰੇ ਖੈਰ ਥੋੜ੍ਹਾ ਘਰਾਣਾ ਤੁਹਾਡਾ ਵੀ ਇਹਨੂੰ ਸਪੋਰਟਿਵ ਹੋ ਗਿਆ, ਅਤੇ ਐਡੇ ਸ਼ਾਇਰ ਬਣਨਾ ਤੁਹਾਡਾ ਸੁਭਾਵਿਕ ਹੀ ਸੀਗਾ ਜੀ। ਨਹੀਂ, ਇਹ ਘਰਾਣੇ ਦਾ ਤਲਕ ਨਹੀਂ ਇਹਦੇ ਨਾਲ, ਹੁਣ ਸਾਡੇ ਕੌਮੀ ਸ਼ਾਇਰ ਆ ਅਲਾਮਾ ਇਕਬਾਲ ਜੀ, ਅਤੇ ਉਹਨਾਂ ਦਾ ਪੁੱਤ ਚੀਫ ਜਸਟਿਸ ਹੋ ਗਿਆ, ਸ਼ਾਇਰ ਨਹੀਂ ਹੋ ਸਕਿਆ। ਅੱਛਾ ਜੀ, ਅਤੇ ਘਰਾਣਿਆਂ ਦਾ ਜ਼ਰੂਰੀ ਨਹੀਂ ਹੈ। ਨਹੀਂ, ਘਰਾਣੇ ਦਾ ਮੇਰੇ ਕਹਿਣ ਤੋਂ ਭਾਵ ਮੈਂ ਥੋੜ੍ਹਾ ਜਿਹਾ ਗਲਤ ਐਗਜ਼ਾਮਪਲ ਦੇ ਗਿਆ, ਤਸ਼ਬੀਹ ਗਲਤ ਹੋ ਗਈ। ਜੀ ਜੀ ਜੀ, ਘਰਾਣੇ ਦਾ ਮਤਲਬ ਕੀ ਹੋ ਗਿਆ ਵੀ ਇਨਵਾਇਰਮੈਂਟ ਹੋਣਾ, ਜਿਹੜੇ ਹੁਣ ਘਰਾਣਿਆਂ ਦੇ ਵਿੱਚ ਉੱਥੇ ਬਚਪਨ ਤੋਂ ਹੀ ਦਾਦੇ ਪਿਓ ਚਾਚੇ ਤਾਏ, ਠੀਕ ਹੈ, ਇਨਵਾਇਰਮੈਂਟ ਹੀ ਇੱਦਾਂ ਦਾ। ਮਾਲਕ ਦਾ ਮੇਰੇ 'ਤੇ ਢੇਰ ਕਰਮ ਹੋਇਆ। ਵਾਹ ਜੀ ਵਾਹ, ਮੇਰੇ ਦਾਦੇ ਨੂੰ, ਮੇਰੇ ਚਾਚੇ ਨੂੰ, ਕਿਸੇ ਨੂੰ ਉਹ ਨਾਮ ਨਹੀਂ ਮਿਲਿਆ ਜਿਹੜਾ ਮਾਲਕ ਨੇ ਮੈਨੂੰ ਦਿੱਤਾ। ਕਿਆ ਬਾਤ, ਇਹ ਮਾਲਕ ਦੀ ਮਿਹਰ ਹੈ। ਚਲੋ, ਉਹਨਾਂ ਨੇ ਨੀਹਾਂ ਬਣਾਈਆਂ, ਤੁਹਾਡਾ ਬੇਸ ਉਹਨਾਂ ਨੇ ਬਣਾਇਆ, ਨੀਹਾਂ ਸਿਖਾਇਆ ਉਹਨਾਂ ਨੇ ਬਹੁਤ ਕੁਛ, ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ। ਨਹੀਂ, ਬਿਲਕੁਲ, ਇੱਕ ਤੁਹਾਡੇ ਨੇੜੇ ਕਸੂਰ ਤੋਂ ਜਾਂ ਆਪਾਂ ਏਰੀਆ ਕਹਿ ਦਿੰਦੇ ਤੁਹਾਡਾ ਉੱਥੋਂ ਸੁਣਨ 'ਚ ਆਇਆ ਕਿ ਬੁੱਲੇ ਸ਼ਾਹ ਦਾ ਪੁਰਾਣਾ ਰਿਹਾ ਇਤਿਹਾਸ ਕਾਫੀ, ਉਹਨਾਂ ਦਾ ਵੀ ਅਸਰ ਰਿਹਾ ਤੁਹਾਡੇ 'ਤੇ? ਬੁੱਲੇ ਸ਼ਾਹ ਮੇਰੇ ਮੁਰਸ਼ਿਦ ਆ ਜੀ। ਵਾਹ ਜੀ ਵਾਹ, ਅਤੇ
ਬੁਲੇ ਸ਼ਾਹ ਤੋਂ ਵੱਡਾ ਸ਼ਾਇਰ ਤਾਂ ਮੈਂ ਦੇਖਿਆ ਹੀ ਨਹੀਂ। ਨਹੀਂ ਦੇਖਿਆ ਜੀ, ਬਿਲਕੁਲ ਹਾਂਜੀ। ਅਤੇ ਕਰਮ ਹੀ ਬਾਬੇ ਦਾ, ਬਾਬੇ ਦਾ ਕਰਮ ਹੈ ਸਾਰਾ। ਬਹੁਤ ਖੂਬ ਜੀ, ਬਹੁਤ ਬਹੁਤ। ਉਹ ਜਿਹੜੇ ਕਿ ਆਪਣੇ ਪੰਜਾਬ ਦੇ ਵਿੱਚ ਵੀ ਜੀ ਸਾਡੇ, ਅਸੀਂ ਤਾਂ ਪੜ੍ਹਦੇ ਆਏ ਹਾਂ ਪੰਜਾਬੀ ਲਿਟਰੇਚਰ ਦੇ ਵਿੱਚ, ਜਾਂ ਪਹਿਲਾਂ ਕਿਤਾਬਾਂ ਜਿਹੜੀਆਂ ਆਪਣੇ ਸਕੂਲ ਦੇ ਵਿੱਚ ਲੱਗਦੀਆਂ ਸੀ ਉਹਨਾਂ ਦੇ ਵਿੱਚ ਬੜਾ ਉਹਨਾਂ ਦੇ ਬਾਰੇ ਬੜਾ ਵਿਸਤਾਰ ਦੇ ਵਿੱਚ ਮਿਲਦਾ ਪੜ੍ਹਨ ਨੂੰ। ਬਾਬੇ ਦੇ ਇੱਕ ਮਿਸਰੇ ਦਾ ਅਗਰ ਭਾਣ ਲਈਏ ਨਾ, ਤਾਂ ਮੇਰੇ ਵਰਗੇ ਇੱਕ ਮਿਸਰੇ ਦੇ ਭਾਣ ਦੇ ਵਿੱਚ 200 ਤੇ ਜਮਲ ਕੋਈ ਮਿਲ ਜਾਣਗੇ। ਉਹ ਵਾਹ ਜੀ ਵਾਹ, ਬਾਬਾ ਐਡੀ ਵੱਡੀ। ਵਾਹ ਜੀ ਵਾਹ, ਬਿਲਕੁਲ। ਨਹੀਂ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਵੀ ਓਡੀ ਵੱਡੀ ਚੀਜ਼ ਹੋ ਨਾ ਜੀ, ਕਿ ਨਿੱਕੇ ਮੋਟੇ ਮੇਰੇ ਵਰਗੇ ਲਿਖਣ ਵਾਲੇ ਹੁਣ ਭਾਣ ਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰਾਂ ਹੀ ਬਣ ਜਾਂਦੇ ਆ। ਨਾ ਜੀ, ਮੈਂ ਤੇ ਬਾਬਿਆਂ ਦੀ ਜੁੱਤੀ ਦੇ ਥੱਲੇ ਲੱਗੀ ਮਿੱਟੀ ਵਰਗਾ ਵੀ ਨਹੀਂ ਆ। ਵਾਹ ਜੀ ਵਾਹ। ਨਹੀਂ, ਇਹ ਤੁਹਾਡਾ ਵੱਡਾਪਣਾ ਜੀ, ਉਹਨਾਂ ਦਾ ਆਪਦਾ ਯੁੱਗ ਸੀਗਾ, ਅੱਜ ਤੁਹਾਡਾ ਆਪਣਾ ਯੁੱਗ ਆ ਜਿੱਥੇ ਤੁਹਾਡੀ ਸ਼ਿਰਕਤ ਹੁੰਦੀ ਆ। ਉੱਥੇ ਲੋਕ ਮੈਂ ਦੇਖਿਆ ਕਾਫੀ ਤੁਹਾਡੇ ਯੂਟਿਊਬ ਦੇ ਵਿੱਚ ਲੋਕ ਸਟੈਂਡਿੰਗ ਓਵੇਸ਼ਨ ਦਿੰਦੇ, ਖੜੇ ਹੋ ਕੇ ਸਲਾਮ, ਮੁਹੱਬਤ, ਬਹੁਤ ਮੁਹੱਬਤ ਕਰਦੇ ਜੀ, ਮੁਹੱਬਤ ਹੈ ਦੋਸਤਾਂ ਦੀ। ਬਿਲਕੁਲ ਬਿਲਕੁਲ ਹਾਂਜੀ। ਜਿਹੜੇ ਆਪਣਾ ਇੱਥੇ ਹੁਣ ਕਾਵਸ਼ਾਰ ਦੇ ਵਿੱਚ ਆਪਣੇ ਆ ਰਹੇ ਆ ਤੁਹਾਡੇ ਚਾਹੁਣ ਵਾਲੇ ਜੀ ਜੀ, ਤੇ ਉਹਨਾਂ ਤੋਂ ਬਿਨਾਂ ਪੰਜਾਬ ਜਿਹੜਾ ਸਾਡਾ ਇੰਡੀਆ ਦਾ ਚੜ੍ਹਦਾ ਪੰਜਾਬ ਜੀ ਜੀ, ਇਹਨਾਂ ਨੂੰ ਕੁਛ ਥੋੜ੍ਹਾ ਜਿਹਾ ਤੁਸੀਂ ਮੁਤਾਸਰ ਕਰਨ ਵਾਸਤੇ ਕੁਛ ਇੱਕ ਅੱਧਾ ਇਹੋ ਜਿਹਾ ਆ ਜੇ ਕਿ ਆਸ਼ਾਸ਼ ਕਰ ਉੱਠਣ ਲੋਕ, ਕਿਉਂਕਿ ਅਸੀਂ ਤਾਂ ਹੁਣ ਬਹੁਤ ਕਾਫੀ ਸੁਣ ਚੁੱਕੇ ਹਾਂ ਤੁਹਾਨੂੰ, ਥੋੜ੍ਹੀ ਜਿਹੀ ਇੱਕ ਵੰਨਗੀ ਪੇਸ਼ ਹੋ ਜੇ ਜੀ। ਠੀਕ। ਕੁੱਖ ਦੀ ਕੈਦੋਂ ਛੁੱਟ ਕੇ ਰੋਇਆ। ਵਾਹ ਜੀ ਵਾਹ। ਕੁੱਖ ਦੀ ਕੈਦੋਂ ਛੁੱਟ ਕੇ ਰੋਇਆ, ਅੱਜ ਇੱਕ ਬੂਟਾ ਫੁੱਟ ਕੇ ਰੋਇਆ। ਕਿਆ ਬਾਤ ਆ। ਓਹੋ। ਮੈਂ ਤੇ ਹੱਸ ਕੇ ਘਾਟੇ ਸਹਿਲ ਹੈ, ਲੁੱਟਣ ਵਾਲਾ ਲੁੱਟ ਕੇ ਰੋਇਆ। ਕਿਆ ਬਾਤ ਹੈ ਜੀ। ਕੱਚੀ ਬਸਤੀ ਲੰਘਣ ਲੱਗਿਆ, ਰਾਤੀ ਬੱਦਲ ਟੁੱਟ ਕੇ ਰੋਇਆ। ਵਾਹ ਜੀ ਵਾਹ, ਬਹੁਤ ਖੂਬ। ਖੱਫਨ ਦੀ ਥਾਂ ਪਾਟੇ ਲੀੜੇ, ਚੋਰ ਕਬਰ ਨੂੰ ਪੁੱਟ ਕੇ ਰੋਇਆ। ਕਿਆ ਬਾਤ ਹੈ। ਵਾਹ ਜੀ ਵਾਹ। ਕੁੱਟ ਕੁੱਟ ਕਰਕੇ ਅਥਰੂ ਪੀਤੇ, ਵਾਜ ਗਲੇ ਵਿੱਚ ਘੁੱਟ ਕੇ ਰੋਇਆ। ਓ ਬਹੁਤ ਖੂਬ, ਬਹੁਤ ਖੂਬ ਜੀ। ਹਾਂ ਜੀ, ਜਿਹੜੀਆਂ ਚੀਜ਼ਾਂ ਸਿੱਧੀਆਂ ਦਿਲ 'ਤੇ ਅਟੈਕ ਕਰਦੀਆਂ ਨਾ, ਮੈਂ ਆਪਣੀ ਗੱਲਬਾਤ ਦੇ ਵਿੱਚੋਂ ਆਪਣੇ ਵੇਖ ਰਿਹਾ ਸੀ ਕਿ ਤੁਸੀਂ ਕਿਹਾ ਵੀ ਤੁਹਾਡੇ ਸ਼ਾਇਰ ਜਿਹੜੇ ਇੱਥੋਂ ਦੇ, ਮੈਂ ਗਿਣਾਉਂਦਾ ਸੀ ਸ਼ਾਇਰ ਪਾਕਿਸਤਾਨ ਦੇ, ਤੁਸੀਂ ਗਿਣਾਏ ਇੱਕ ਸ਼ਿਵ ਕੁਮਾਰ ਬਟਾਲਵੀ। ਸ਼ਿਵ ਦਾ ਜਵਾਬ ਨਹੀਂ ਜੀ, ਉੱਦਾਂ ਅਸਰ ਹੁੰਦਾ ਜੀ ਜਿਹੜੀਆਂ ਗੱਲਾਂ, ਬਿਲਕੁਲ ਬਿਲਕੁਲ ਤੁਹਾਡੀਆਂ ਗੱਲਾਂ ਦਾ ਸਾਡੇ 'ਤੇ ਅਸਰ ਹੁੰਦਾ, ਤੁਹਾਡੇ 'ਤੇ ਉਹਨਾਂ ਦਾ ਬੜਾ ਅਸਰ ਰਿਹਾ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ। ਹਾਂਜੀ ਹਾਂਜੀ, ਬਿਲਕੁਲ। ਜਿਹੜਾ ਇਹ ਤੁਹਾਨੂੰ ਇਹਨਾਂ ਜਿਹੜੇ ਸ਼ਿਵ ਦੇ ਜਿਹੜੀ ਰਚਨਾ, ਮੈਨੂੰ ਇੰਨੀ ਬਹੁਤ ਜਾਣਕਾਰੀ ਨਹੀਂ ਹੈ ਸ਼ਾਹਮੁਖੀ ਬਾਰੇ, ਇਹ ਤੁਸੀਂ ਰਿਕਾਰਡਡ ਸੁਣੀ ਆ ਜਾਂ ਕਿ ਮਤਲਬ ਕਿ ਗੁਰਮੁਖੀ ਦਾ ਵੀ ਗਿਆਨ ਤੁਹਾਨੂੰ ਪੂਰਾ ਹੈਗਾ? ਸ਼ਿਵ ਕੁਮਾਰ ਨੂੰ ਕੁਲੀਆਤ ਤੇ ਸ਼ਿਵ, ਸ਼ਿਵ ਦੀ ਟੋਟਲ ਸ਼ਾਇਰੀ, ਕੁਲੀਆਤ ਤੇ ਸ਼ਿਵ ਐਡੀ ਮੋਟੀ ਬੁੱਕ, ਉਹਦੀਆਂ ਸਾਰੀਆਂ ਕਿਤਾਬਾਂ ਸ਼ਾਹਮੁਖੀ ਛਾਪੀਆਂ ਛਾਪੀਆਂ ਜੀ, ਛਾਪੀਆਂ ਛਾਪੀਆਂ ਸੀ, ਖੁਦ ਛਾਪੀਆਂ। ਕਿਆ ਬਾਤ ਹੈ, ਕਿਆ ਬਾਤ ਹੈ। ਨਹੀਂ, ਬਹੁਤ ਵੱਡੀ ਗੱਲ ਹੈ ਜੀ ਇਹ। ਗੁਰਮੁਖੀ ਦੇ ਨਾਲ ਵੀ ਤੁਹਾਡਾ ਹੈ ਵਾਹ ਵਾਸਤਾ ਕੁਛ ਪੜ੍ਹ ਲੈਂਦੇ? ਨਹੀਂ, ਮੈਂ ਇਸ ਹੌਲ ਨਾਲ ਨਾ, ਮੈਂ ਤੇ ਛੋਟੇ ਤੋਂ ਛੋਟਾ ਹੌਲੇ ਤੋਂ ਹੌਲਾ ਲਫ਼ਜ਼ ਦੇ ਬਾਰੇ 'ਚ ਨਾ ਨਲਾਇਕ ਇਸਤੇਮਾਲ ਕਰਾਂਗਾ, ਮੈਂ ਇਸ ਬਾਰੇ 'ਚ ਨਲਾਇਕ ਹਾਂ ਕਿ ਮੈਂ ਗੁਰਮੁਖੀ ਪੜ੍ਹਨ ਲੱਗ ਪਿਆ ਸੀ। ਹਾਂਜੀ ਹਾਂਜੀ। ਅਤੇ ਲਿਖਣ ਦੀ ਪ੍ਰੈਕਟਿਸ ਕਰਨ ਦੇ ਦੌਰਾਨ ਮੈਂ ਛੱਡ ਗਿਆ। ਅੱਛਾ ਜੀ। ਅਤੇ ਬਸ ਇਹ ਪ੍ਰੈਕਟਿਸ ਛੱਡ ਦਿੱਤੀ, ਫਿਰ ਗਿਆ ਸਾਰਾ ਕੁਝ, ਫਿਰ ਗਿਆ, ਮੈਨੂੰ ਇੰਝ ਹੋਇਆ। ਚਲੋ, ਤੁਹਾਡਾ ਆਪਣਾ ਆਪਣੇ ਜਿਹੜੀ ਸ਼ਾਹਮੁਖੀ ਹੈ ਉਰਦੂ ਦੇ ਵਿੱਚ, ਜਿਵੇਂ ਆਪਾਂ ਕਹਿ ਦਿੰਦੇ ਉਹ ਆਪਣੇ ਆਪ 'ਚ ਬਹੁਤ ਅਮੀਰ ਆ ਜੀ, ਉਹਨੂੰ ਜਾਣ ਲੈਣਾ ਬਹੁਤ ਵੱਡੀ ਗੱਲ ਆ, ਉਹੀ ਬਹੁਤ ਡੂੰਘਾ ਖਜ਼ਾਨਾ ਜੀ। ਤੁਸੀਂ ਉਹਦੇ ਵਿੱਚ ਮੁਹਾਰਤ ਹਾਸਲ ਕੀਤੀ, ਉਹੀ ਬਹੁਤ ਵੱਡੀ ਗੱਲ ਆ ਜੀ ਜੀ। ਜਿਹੜੇ ਆਪਣੇ ਜਿਹੜਾ ਇਹ ਪੈਂਦਾ ਮੁਸ਼ਾਇਰਿਆਂ ਦਾ, ਉੱਥੇ ਆਪਣਾ ਜ਼ਿਆਦਾ ਰੁਝਾਨ ਰਹਿੰਦਾ ਜੀ ਜੀ, ਮੇਰੇ ਖਿਆਲ ਸ਼ਾਇਦ ਨਾਲ ਹੁਣ ਟੀਵੀ 'ਤੇ ਵੀ ਆਉਣ ਲੱਗ ਪਏ ਆ, ਇੰਟਰਵਿਊਜ਼ ਵਗੈਰਾ ਜਾਂ ਕੁਛ ਉੱਦਾਂ ਦੇ ਸ਼ੋਅ ਹੋਣ ਲੱਗ ਪਏ ਆ। ਟੀਵੀ 'ਤੇ ਮੁਸ਼ਾਇਰੇ ਵੀ ਹੁੰਦੇ ਆ ਸਾਡੇ? ਟੀਵੀ 'ਤੇ ਮੁਸ਼ਾਇਰੇ ਵੀ ਹੁੰਦੇ ਆ ਟੀਵੀ 'ਤੇ, ਜਿਹੜੇ ਟੀਵੀ ਸ਼ੋਅ ਹੁੰਦੇ ਆ, ਜਿਵੇਂ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਮੁਸ਼ਾਇਰਿਆਂ ਦੇ ਤੌਰ 'ਤੇ ਉਹਨਾਂ ਨੇ ਲੋਕਾਂ ਨੂੰ ਫਿਰ ਅਗਲੀ ਪੀੜ੍ਹੀ ਨੂੰ ਵੀ ਨਾਲ ਜੋੜ ਰਿਹਾ। ਕਿੰਨੇ ਕੁ ਹੁਣ ਜਿਹੜੇ ਨਵੇਂ ਨੌਜਵਾਨ ਜਿਹੜੇ ਆ ਇਸ ਚੀਜ਼ ਨਾਲ ਜੁੜਦੇ, ਕਿਉਂਕਿ ਸ਼ਾਇਰੀ ਨੂੰ। ਸਵਾਲ ਬਹੁਤ ਅੱਛਾ ਤੁਹਾਡਾ। ਹਾਂਜੀ, ਇਹ ਬਬਲ ਜੀ ਇੰਜ ਹੈ ਕਿ ਮੈਂ ਜਿਸ ਵੇਲੇ ਪੰਜਾਬੀ ਵੱਲ ਆਇਆ, ਉਸ ਵੇਲੇ ਸਾਲ ਦੇ ਵਿੱਚ ਪੰਜਾਬੀ ਦੀਆਂ 3-4 ਕਿਤਾਬਾਂ ਛਪਦੀਆਂ ਸੀ ਪੰਜਾਬ 'ਚ। ਕਿਆ ਬਾਤ ਹੈ। ਅਤੇ ਹੁਣ ਮੈਂ ਦੇਖ ਰਿਹਾ ਕਿ ਕੋਈ ਸਾਲ ਐਸਾ ਨਹੀਂ 20-25-30 ਕਿਤਾਬਾਂ ਤੋਂ ਘੱਟ ਪੰਜਾਬੀ ਛਪਦੀਆਂ। ਹਾਂਜੀ, ਹੁਣ ਛਪਦੀਆਂ। ਬਹੁਤ ਵਧੀਆ ਗੱਲ ਹੈ ਜੀ। ਜਿਹੜਾ ਰੁਝਾਨ ਆ ਮੇਰੇ ਖਿਆਲ ਨਾਲ ਸਾਡੇ ਪੰਜਾਬ 'ਚ ਤਾਂ ਘੱਟ ਰਿਹਾ ਕਿਤਾਬਾਂ ਦਾ, ਥੋੜ੍ਹਾ ਜਿਹਾ ਇਲੈਕਟ੍ਰੋਨਿਕ ਮੀਡੀਆ ਵੱਲ ਜਾ ਰਿਹਾ। ਸਾਡੇ 'ਤੇ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ ਜੀ, ਵੱਧ ਰਿਹਾ ਜੀ। ਬਹੁਤ ਬਹੁਤ ਸੋਹਣੀ ਗੱਲ ਆ, ਬਹੁਤ ਬਹੁਤ ਵਧੀਆ ਲੱਗਿਆ ਜੀ। ਹਰ ਸਾਲ ਪਿਛਲੇ ਸਾਲ ਤੋਂ ਵੱਧ ਹੈ। ਕਿਆ ਬਾਤ ਹੈ ਜੀ, ਬਹੁਤ ਖੂਬ ਜੀ। ਆਪਣਾ ਮੈਂ ਇੱਕ ਗੱਲਬਾਤ ਉੱਥੇ ਆਪਣੇ ਵੇਖ ਰਿਹਾ ਸੀਗਾ ਕਿ ਵੀ ਤੁਸੀਂ ਪਹਿਲਾਂ ਉਰਦੂ ਦੇ ਵਿੱਚ ਵੀ ਸ਼ਾਇਰੀ ਕਰਦੇ ਹੋ ਜੀ ਜੀ, ਉਹਦੇ ਨਾਲ ਇੱਕਦਮ ਨਾਤਾ ਟੁੱਟਣ ਦਾ ਸਬੱਬ? ਨਾਤਾ ਟੁੱਟਣ ਦਾ ਸਬੱਬ ਅਜੀਬ ਹੈ ਜੀ। ਸਾਡੇ ਇੱਕ ਬੜੇ ਵੱਡੇ ਸ਼ਾਇਰ ਸੀ ਮੁਨੀਰ ਨਿਆਜ਼ੀ ਮਰਹੂਮ। ਹਾਂਜੀ ਹਾਂਜੀ। ਉਰਦੂ ਗਜ਼ਲ ਦੇ ਵਿੱਚ ਬਹੁਤ ਵੱਡਾ ਨਾਂ। ਬਿਲਕੁਲ ਜੀ। ਪੰਜਾਬੀ ਵੀ ਕਹਿੰਦੇ ਸੀ। ਹਾਂਜੀ। ਅਤੇ ਚੰਗਾ ਕਹਿੰਦੇ ਸੀ। ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਅਤੇ ਉਹ ਇੰਟਰਵਿਊ ਅਖਬਾਰ ਦੇ ਫਰੰਟ ਪੇਜ 'ਤੇ ਛਪਿਆ।
ਠੀਕ ਹੈ ਜੀ। ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਕਿਹਾ ਜੀ ਤੁਹਾਡੀ ਉਰਦੂ ਸ਼ਾਇਰੀ ਤੁਹਾਡੀ ਪਹਿਚਾਣ ਹੈ, ਤੁਸੀਂ ਪੰਜਾਬੀ 'ਚ ਵੀ ਕਹਿੰਦੇ ਹੋ, ਲੇਕਿਨ ਤੁਹਾਡੀ ਪੰਜਾਬੀ ਸ਼ਾਇਰੀ ਜਿਹੜੀ ਹੈ ਨਾ ਇਹ ਕੋਈ ਤੁਹਾਡੀ ਪਹਿਚਾਣ ਨਹੀਂ ਬਣਾ ਸਕੀ, ਕੋਈ ਉਂਝ ਮੁਤਾਸਰ ਨਹੀਂ ਕਰ ਸਕੀ ਜਿਵੇਂ ਉਰਦੂ ਸ਼ਾਇਰੀ ਕਰਦੀ ਹੈ। ਹਾਂਜੀ। ਅਤੇ ਉਹਨਾਂ ਨੇ ਇੰਟਰਵਿਊ 'ਚ ਫਰਮਾਇਆ ਕਿ ਅਸਲ ਦੇ ਵਿੱਚ ਪੰਜਾਬੀ ਜ਼ੁਬਾਨ ਇੰਝ ਦੀ ਜ਼ੁਬਾਨ ਹੀ ਨਹੀਂ ਕਿ ਇਹਦੇ ਜਦੀਦ ਕਦਲ ਕਹੀ ਜਾ ਸਕੇ। ਬਹੁਤ ਸਿੱਧੀ ਗੱਲ ਹੈ ਕਿ ਮੈਂ ਆਫਿਸ ਤੋਂ ਆਇਆ ਅਤੇ ਘਰ ਅਖਬਾਰ ਪੜ੍ਹੀ ਹੈ ਜੀ, ਪੜ੍ਹਦੇ ਨਾਲ ਮੈਨੂੰ ਤਿਆਗ ਲੱਗ ਗਈ, ਲੱਗਦੀ ਹੈ ਜੀ ਬਈ ਮੈਂ ਜਹਾਜ਼ ਨਹੀਂ ਬਣਾ ਸਕਦਾ। ਹਾਂਜੀ। ਮੈਂ ਕਹਾਂ ਕਿ ਮੇਰੇ ਤੋਂ ਜਹਾਜ਼ ਨਹੀਂ ਬਣਦਾ, ਮੈਨੂੰ ਇਹ ਕਹਿਣ ਦਾ ਹੱਕ ਨਹੀਂ ਹੈ ਕਿ ਕੋਈ ਜਹਾਜ਼ ਬਣਾ ਹੀ ਨਹੀਂ ਸਕਦਾ। ਸਹੀ ਹੈ ਜੀ। ਹੁਣ ਇਹ ਬਹਾਨਾ ਕਰਕੇ ਕਿ ਮੇਰੇ 'ਚ ਇਹਨਾਂ ਲੈ ਕੀ ਹੈ, ਹਾਂਜੀ ਮੈਂ ਜ਼ੁਬਾਨ ਨੂੰ ਗੰਦਾ ਕਹਿ ਦੇਵਾਂ, ਇਹ ਤਾਂ ਕੋਈ ਤਰੀਕਾ ਨਹੀਂ ਹੈ। ਨਹੀਂ। ਲਓ ਜੀ, ਉਸ ਦਿਨ ਤੋਂ ਬਾਅਦ ਮੈਂ ਉਰਦੂ ਦੇ ਵਿੱਚ ਇੱਕ ਮਿਸਰਾ ਨਹੀਂ ਕਿਹਾ, ਮੈਂ ਫਿਰ ਪੰਜਾਬੀ ਗਜ਼ਲ ਵਾਲੇ ਪੈ ਗਿਆ ਅਤੇ ਮਾਲਕ ਅੱਗੇ ਇੱਕ ਹੀ ਦੁਆ ਕੀਤੀ, ਮਾਲਕਾ ਹਾਂਜੀ ਮੈਨੂੰ ਢੇਰ ਇੱਜ਼ਤ ਨਾ ਦੇਵੀਂ, ਇਹ ਜਿਹੜੀ ਗਾਲ ਇਹਨੇ ਕੱਢੀ ਹੈ ਇਸ ਗਾਲ ਦਾ ਜਵਾਬ ਦੇਣ ਜੋਗਾ ਮੈਨੂੰ ਕੁਛ ਕਰ ਦੇ। ਵਾਹ ਜੀ ਵਾਹ, ਬਸ ਦਿੱਤੇ ਫਿਰ ਜਵਾਬ ਬਹੁਤ ਹੀ ਕਿਆ ਜੀ, ਫਿਰ ਤਾਂ ਸਹੀ ਹੈ ਜੀ, ਭਲੇ ਹੋ ਗਿਆ ਤੇ। ਨਹੀਂ ਬਿਲਕੁਲ, ਮੈਂ ਤੁਹਾਡੇ ਜਿਹੜੇ ਨਾ ਵੇਖ ਰਿਹਾ ਸੀਗਾ ਇੱਕ ਵਖਰੇਵਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਨਾ, ਵੇਰੀਏਸ਼ਨ ਬੜੀ ਆ ਜਿਹੜੇ ਨੋਰਮਲ ਜਦੋਂ ਆਪਾਂ ਕਹਿ ਦਿੰਦੇ ਨਾ ਵੀ ਮਾਂ 'ਤੇ ਲਿਖਣਾ, ਮਾਂ ਇੱਕ ਬਹੁਤ ਵੱਡਾ ਜਿਵੇਂ ਰੱਬ ਦਾ ਰੂਪ ਆਪਾਂ ਮੰਨਦੇ ਹਾਂ ਜੀ, ਪਰ ਦੋ ਪਹੀਏ ਆ ਜੀ, ਬਰਾਬਰ ਦੇ ਪਹੀਏ ਆ। ਪਿਓ ਨੂੰ ਕਈ ਵਾਰੀ ਆਪਾਂ ਇਮੋਸ਼ਨਲ ਨਹੀਂ ਆਪਾਂ ਗੱਲਬਾਤ ਕਰਦੇ, ਕਈ ਵਾਰੀ ਨਹੀਂ ਆਪਾਂ ਉਹਨੂੰ ਮੁਤਾਸਰ ਕਰਨ ਵਾਸਤੇ ਇੱਦਾਂ ਦੀਆਂ ਗੱਲਾਂ ਕਰਦੇ, ਪਰ ਬਹੁਤ ਸੋਹਣਾ ਲਿਖਿਆ ਤੁਸੀਂ ਇੱਕ ਗਜ਼ਲ ਦੇ ਵਿੱਚ, ਪਲੀਜ਼ ਉਹ ਜ਼ਰੂਰ ਆਪਣੇ ਦਰਸ਼ਕਾਂ ਨੂੰ। ਨਹੀਂ, ਮੈਂ ਮਾਂ ਦੇ ਬਾਰੇ ਵੀ ਕਿਹਾ, ਹਾਂਜੀ ਪਿਓ ਦੇ ਬਾਰੇ 'ਚ ਵੀ ਕਿਹਾ, ਹਾਂਜੀ ਦੋਨੋਂ ਸੱਚ ਕਹੇ ਆ। ਕਿਆ ਬਾਤ, ਮੈਂ ਕੋਸ਼ਿਸ਼ ਕੀਤੀ ਹੈ ਕਿ ਸ਼ੇਰ ਨੂੰ ਝੂਠ 'ਚੋਂ ਕੱਢ ਕੇ ਸੱਚ ਦੇ ਕਰੀਬ ਤਰੀਨ ਕਰ ਦੇਵਾਂ। ਠੀਕ ਹੈ ਜੀ। ਮਾਂ ਦੇ ਬਾਰੇ ਮੈਂ ਕਿਹਾ ਨਵੇਕਲੀ ਜਿਹੀ ਜ਼ਮੀਨ ਜੋਗਾ, ਖਿਆਲ ਅੱਥਰੇ ਪੀਣ ਜੋਗਾ, ਕਿਆ ਬਾਤ, ਬੜਾ ਹੀ ਸੁੱਚਾ ਹੈ ਪਿਆਰ ਮਾਂ ਦਾ, ਬੁਰਾ ਵੀ ਆਖੇ ਤੇ ਜੀਣ ਜੋਗਾ, ਕਿਆ ਬਾਤ, ਬਹੁਤ ਖੂਬ, ਜੋ ਸੱਚ ਹੈ ਮੈਂ ਕਹਿ ਦਿੱਤਾ, ਕਹਿਣਾ ਚਾਹੀਦਾ ਜੀ, ਛੁਪਾਇਆ ਨਹੀਂ। ਹਾਂਜੀ। ਅਤੇ ਬਾਪ ਦੇ ਬਾਰੇ ਕਿਹਾ ਕਿ ਸਾਰੇ ਘਰ ਦਾ ਸੁੱਖ ਹੈ ਨਾ, ਪਿਓ ਵਿਹੜੇ ਦਾ ਰੁੱਖ ਹੈ ਨਾ, ਕਿਆ ਬਾਤ, ਵਾਹ ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਖੂਬ ਜੀ। ਸ਼ੇਰ ਦੇ ਵਿੱਚ ਝੂਠ ਦੀ ਮਿਲਾਵਟ ਬਹੁਤ ਜ਼ਿਆਦਾ ਸੀ, ਹਾਂਜੀ ਉਹਨੂੰ ਕੱਢ ਕੇ ਸੱਚ ਦੇ ਨਾਲ ਖੜਾ ਕਰ ਦੇਣਾ ਔਖਾ ਕੰਮ ਸੀ, ਬਿਲਕੁਲ, ਪਰ ਮਾਲਕ ਨੇ ਮੇਰੇ ਤੋਂ ਕਰਵਾ ਦਿੱਤਾ। ਨਹੀਂ ਬਿਲਕੁਲ, ਜਿਹੜੀ ਸ਼ਾਇਰੀ ਨੂੰ ਆਪਾਂ ਤਕਰੀਬਨ ਐਵੇਂ ਮੰਨਦੇ ਹਾਂ ਕਿ ਤਸੱਵਰ ਇਹਦੇ 'ਚ ਜ਼ਿਆਦਾ ਮੰਨਦੇ ਸੀ ਲੋਕ, ਪਰ ਜਿਹੜੀ ਹਕੀਕਤ ਨੂੰ ਆਪਾਂ ਪੇਸ਼ ਕਰਨਾ ਉਹਦੇ ਲਈ ਜਿਗਰਾ ਚਾਹੀਦਾ, ਲੋਕਾਂ ਦੇ ਅੱਗੇ ਰਿਸਕ ਵੀ ਆ, ਡਰ ਵੀ ਆ। ਕਿ ਮੈਂ ਇੱਕ ਮੰਦਰ ਦੇਖਿਆ ਜੀ, ਹਾਂਜੀ ਜੇਠ ਹਾੜ ਸੀ ਅਤੇ ਮੈਂ ਆਪਣੇ ਆਫਿਸ ਬੈਠਾ, ਇੱਕ ਮਾਈ ਗੁਜ਼ਰਦੀ ਦੇਖੀ ਮੈਂ, ਬਹੁਤ ਖੂਬ, 70-80 ਸਾਲ ਦੀ, ਪੈਰੋਂ ਨੰਗੀ ਸੀ ਬਹੁਤ, ਅਤੇ ਧੁੱਪ ਜੇਠ ਹਾੜ ਸਾਰੇ ਪੰਜਾਬੀ ਉਹ ਸਮਝਦੇ ਪਏ ਹੋ, ਹਾਂਜੀ ਹਾਂਜੀ ਹਾਂਜੀ, ਕਾਂ ਅੱਖ ਨਿਕਲਦੀ ਜੀ, ਅਤੇ ਉਹ ਫਿਰ ਦੋ ਸ਼ੇਰ ਹੋਏ ਉਹ ਮੈਂ ਮਿੱਤਰਾਂ ਸਾਹਮਣੇ ਰੱਖਦਾ, ਸੋਚ ਗਮਾਂ ਦੀ ਪੀੜੇ 'ਚ ਖੜਦੀ ਵੇਖੀ ਹੈ, ਪਹਿਲੀ ਵਾਰ ਬਲਾਇਕ ਤੜਦੀ ਵੇਖੀ ਹੈ, ਤੂੰ ਵੇਖੀ ਹੈ ਮਾਈ ਨੰਗੇ ਪੈਰ ਅਤੇ ਧੁੱਪ, ਮੈਂ ਸੜਕਾਂ 'ਤੇ ਜੰਨਤ ਸੜਦੀ ਵੇਖੀ, ਜੰਨਤ ਸੜਦੀ ਵੇਖੀ, ਬਹੁਤ ਆਲਾ ਜੀ, ਬਹੁਤ ਖੂਬ, ਬਹੁਤ ਵਧੀਆ ਜੀ, ਬਹੁਤ ਖੂਬ ਜੀ, ਬਹੁਤ ਖੂਬ। ਦਰਸ਼ਕੋ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਜਲਦੀ ਹੀ ਆਪਾਂ ਫਿਰ ਵਾਪਸ ਆਉਣੇ ਹਾਂ ਅਤੇ ਕਲੀਮ ਸਾਹਿਬ ਨਾਲ ਬਹੁਤ ਇੰਟਰਸਟਿੰਗ ਗੱਲਾਂ ਕਰਨੀਆਂ, ਉਹਨਾਂ ਦੀਆਂ ਰਚਨਾਵਾਂ ਸੁਣਨੀਆਂ ਜਿਹੜੀਆਂ ਤੁਹਾਡੇ ਦਿਲ ਨੂੰ ਟੱਚ ਕਰ ਰਹੀਆਂ ਅਤੇ ਕਰਨੀਆਂ ਵੀ, ਅਤੇ ਜਲਦੀ ਮਿਲਦੇ ਹਾਂ। ਤੋਂ ਸਵਾਗਤ ਹੈ ਤੁਹਾਡਾ, ਪੰਜਾਬ ਟੀ ਵੀ ਆਸਟ੍ਰੇਲੀਆ 'ਤੇ ਪ੍ਰੋਗਰਾਮ ਚੱਲ ਰਿਹਾ ਹੈ ਮਹਿਮਾਨ ਨੇ ਮੈਲਬਨ, ਅਤੇ ਅੱਜ ਸਾਡੇ ਮੈਲਬਨ ਦੇ ਵਿੱਚ ਮਹਿਮਾਨ ਬੈਠੇ ਨੇ ਸਾਡੇ ਨਾਲ, ਜਨਾਬ ਤਜੰਮਲ ਕਲੀਮ ਸਾਹਿਬ, ਅਤੇ ਉਹਨਾਂ ਤੋਂ ਕੁਛ ਹੋਰ ਬਹੁਤ ਦਿਲਕਸ਼ ਜਿਹੜੀਆਂ ਰਚਨਾਵਾਂ ਆਪਾਂ ਸੁਣਨ ਦੀ ਕੋਸ਼ਿਸ਼ ਕਰਾਂਗੇ। ਇੱਕ ਸ਼ੇਅਰ ਸੀ, ਗਜ਼ਲ ਸੀ ਤੁਹਾਡੀ ਜੀ, ਮੈਂ ਸੁਣ ਰਿਹਾ ਜੀ, ਠੁੱਡਿਆਂ ਨਾਲ ਨਾ ਮੋਇਆ ਜੀ ਮੈਂ ਜੇ ਪੱਥਰ ਹੋਇਆ ਜੀ ਜੀ, ਇਹ ਮੇਰੀ ਸਭ ਤੋਂ ਪਹਿਲੀ ਕਿਤਾਬ ਵਿੱਚ ਹੈ ਜੀ। ਕਿਆ ਬਾਤ, ਠੁੱਡਿਆਂ ਨਾਲ ਨਾ ਮੋਇਆ ਅਤੇ ਠੁੱਡਿਆਂ ਨਾਲ ਨਾ ਮੋਇਆ ਅਤੇ ਮੈਂ ਜੇ ਪੱਥਰ ਹੋਇਆ ਅਤੇ, ਕਿਆ ਬਾਤ ਹੈ ਜੀ, ਖੋ ਪੈਂਦੀ ਨੂੰ ਸਮਝੇਗਾ ਤੇਰਾ ਪੁੱਤਰ ਰੋਇਆ ਤੇ, ਵਾਹ ਜੀ ਵਾਹ, ਵਾਹ ਜੀ ਵਾਹ, ਦੁਬਾਰਾ ਅਰਸ਼ਾਦ, ਖੋ ਪੈਂਦੀ ਨੂੰ ਸਮਝੇਗਾ ਤੇਰਾ ਪੁੱਤਰ ਰੋਇਆ ਤੇ, ਬਾਤ ਪਤੇ ਦੀ ਦੱਸੇਗਾ ਇਹ ਜੇ ਪਾਗਲ ਹੋਇਆ ਤੇ, ਵਾਹ ਵਾਹ, ਕਿਆ ਬਾਤ ਹੈ, ਬਾਤ ਪਤੇ ਦੀ ਦੱਸੇਗਾ ਇਹ ਜੇ ਪਾਗਲ ਹੋਇਆ ਤੇ, ਚਾਰੇ ਫਾਏ ਲੱਗੇ ਆ ਕੁੰਡੀ ਡੋਰ ਗਡੋਇਆ ਤੇ, ਕਿਆ ਬਾਤ ਹੈ ਜੀ, ਬਹੁਤ ਅੱਛੇ, ਬਹੁਤ ਖੂਬ, ਲੈ ਬਈ ਸੱਜਣਾ ਅੱਜ ਤੋਂ ਬਾਅਦ ਮੈਂ ਤੇਰੇ ਲਈ ਮੋਇਆ ਤੇ ਤੂੰ ਮੇਰੇ ਲਈ ਮੋਇਆ, ਵਾਹ ਜੀ ਵਾਹ, ਬਹੁਤ ਅੱਛੀ ਜੀ, ਬਹੁਤ ਅੱਛੀ, ਬਹੁਤ ਖੂਬ ਹੈ ਜੀ। ਤੁਸੀਂ ਜ਼ਿਕਰ ਕੀਤਾ ਕਿ ਪਹਿਲੀ ਕਿਤਾਬ ਦੇ ਵਿੱਚ ਤੁਹਾਡੀ ਗਜ਼ਲ ਸ਼ਾਮਿਲ ਸੀ ਜੀ ਜੀ, ਕਿੰਨੀਆਂ ਕਿਤਾਬਾਂ ਹੁਣ ਤੱਕ ਤੁਹਾਡੀਆਂ ਆ ਚੁੱਕੀਆਂ? 4 ਕਿਤਾਬਾਂ ਆ ਗਈਆਂ ਜੀ। ਠੀਕ ਹੈ ਜੀ, ਅਤੇ ਕਿਤਾਬਾਂ ਮੈਂ ਲੈ ਕੇ ਆਇਆ ਅਤੇ ਜਿਹੜਾ ਇਸ ਤੋਂ ਬਾਅਦ ਬਣਾਵਾਂਗੇ ਨਾ ਉਸਦੇ ਵਿੱਚ ਕਿਤਾਬਾਂ
ਜਿਹੜਾ ਆਪਣਾ ਪ੍ਰੋਗਰਾਮ ਹੋਣ ਜਾ ਰਿਹਾ ਕਾਵਸ਼ਾਰ ਕਾਵਸ਼ਾਰ ਮੈਲਬਨ ਚਾਰ ਚੌਥੇ ਦੇ ਵਿੱਚ ਉਹਨੂੰ ਉਹਦੇ ਕਹਿ ਲਓ ਵੀ ਭਾਗ ਖੁੱਲ੍ਹੇ ਨੇ ਕਿ ਤੁਹਾਡੀ ਸ਼ਿਰਕਤ ਹੋਣੀ ਹੈ ਤੁਹਾਡੇ ਨਾਲ ਨਾਲ ਅਸੀਂ ਇੱਥੋਂ ਕੁਛ ਜਿਹੜਾ ਪਹਿਲਾਂ ਇਹਦਾ ਪੈਟਰਨ ਇਹ ਹੈ ਕਿ ਵੀ ਅਸੀਂ ਇੱਥੋਂ ਦੇ ਸ਼ਾਇਰ ਜਿਹੜੇ ਆ ਜਿਹੜੇ ਰਾਈਟਰ ਆ ਕੁਛ ਵੀ ਲਿਖਦੇ ਬਹੁਤ ਚੰਗੀ ਗੱਲ ਹੈ ਅਤੇ ਉਹਨਾਂ ਦੇ ਵਿੱਚੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਵਧੀਆ ਮਿਆਰ ਦੇ 15 ਕੁ ਜਿਹੜੇ ਪਾਰਟੀਸਪੈਂਟ ਆ ਉਹ ਤੁਹਾਡੇ ਨਾਲ ਸਟੇਜ ਸਾਂਝੀ ਕਰਨਗੇ ਤੇ ਸਾਡੀ ਰਿਕੁਐਸਟ ਹੋਊਗੀ ਕਿ ਵੀ ਤੁਸੀਂ ਉਹਨਾਂ ਨੂੰ ਸੁਣਿਓ ਜੇ ਤੇ ਉਹਨਾਂ ਦੀ ਜਿਹੜੀ ਮਾੜੀ ਮੋਟੀ ਜਿਹੜੀ ਲੱਗ ਰਹੀ ਤੁਹਾਨੂੰ ਕੋਈ ਥੋੜੀ ਮੁਰੰਮਤ ਜਾਂ ਉਹਨਾਂ ਨੂੰ ਸੇਧ ਦੇਣ ਲਈ ਮੈਂ ਤੇ ਤੁਹਾਨੂੰ ਇੱਥੇ ਇੱਕ ਮਸ਼ਵਰਾ ਦੇਣਾ ਚਾਹੁੰਦਾ ਕਿ ਤੁਸੀਂ ਉਹਨਾਂ ਦੋਸਤਾਂ ਨਾਲ ਮੇਰੀ ਕੋਈ ਸੀਟਿੰਗ ਰੱਖੋ ਬਿਲਕੁਲ ਕਾਵਸ਼ਾਰ ਮੇਲੇ ਤੋਂ ਪਹਿਲੇ 2 ਤਾਰੀਖ ਤੋਂ ਪਹਿਲੇ ਪਹਿਲੇ ਠੀਕ ਹੈ ਜੀ ਠੀਕ ਤਾਂ ਕਿ ਅਸੀਂ ਇੱਕ ਦੂਸਰੇ ਨਾਲ ਮਿਲ ਬਈਏ ਜੀ ਤੇ ਇੱਕ ਦੂਸਰੇ ਤੋਂ ਕੁਝ ਉਹ ਇੱਕ ਸਟੇਜ ਦਾ ਬਹੁਤ ਵਧੀਆ ਤਾਲਮੇਲ ਜਿਹੜਾ ਬਣ ਸਕੇ ਨਹੀਂ ਬਿਲਕੁਲ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕੰਮ ਸਾਰਿਆਂ ਦੇ ਇੱਥੇ ਰੁਝੇਵੇਂ ਭਰੀ ਜ਼ਿੰਦਗੀ ਹੈ ਜੀ ਥੋੜ੍ਹਾ ਜਿਹਾ ਜਿਹੜੀ ਆਪਣੀ ਸ਼ੌਂਕ ਦੇ ਲਈ ਵਕਤ ਕੱਢਣਾ ਸਾਡੇ ਲਈ ਥੋੜ੍ਹਾ ਜਿਹਾ ਇੱਥੇ ਜ਼ਰੂਰੀ ਬਣ ਜਾਂਦਾ ਕਿ ਜਿਹੜੇ ਇਸ ਜਿਹੜਾ ਇੱਕ ਵਧੀਆ ਮਿਆਰ ਜਿਹੜਾ ਆਪਾਂ ਰੱਖਣਾ ਉਹਦੇ ਲਈ ਅਸੀਂ ਬੇਨਤੀ ਕਰਾਂਗੇ ਜ਼ਰੂਰ ਉਹਨਾਂ ਨੂੰ ਬਬਲ ਦੇਖੋ ਮੈਂ ਤਾਂ ਆਪਣੀ ਜ਼ਿੰਦਗੀ 'ਚ ਇੱਕ ਗੱਲ ਸਿੱਖੀ ਹੈ ਕਿ ਦੀਵੇ ਨਾਲ ਦੀਵਾ ਬਲਦਾ ਵਾਹ ਜੀ ਵਾਹ ਵਾਹ ਜੀ ਅਤੇ ਹੁਣ ਦੀਵੇ ਇੱਕ ਦੂਸਰੇ ਦੇ ਨੇੜੇ ਹੋਣਗੇ ਤਾਂ ਬਲਣਗੇ ਸਹੀ ਹੈ ਜੀ ਸਹੀ ਹੈ ਜੀ ਨੇੜੇ ਹੋਣਾ ਜ਼ਰੂਰੀ ਹੈ ਬਿਲਕੁਲ ਜਿਹੜੀ ਆਪਾਂ ਕਹਿ ਸਕਦੇ ਨਾ ਕੋਈ ਤਸ਼ਬੀਹ ਮੈਨੂੰ ਵਧੀਆ ਨਹੀਂ ਲੱਗ ਰਹੀ ਦੇਣ ਵਾਲੀ ਪਰ ਸਟਾਰਟਿੰਗ ਪੁਆਇੰਟ ਜਿਹੜਾ ਕਹਿੰਦੇ ਨੇ ਮਾਚਿਸ ਦੀ ਤੀਲੀ ਤੁਸੀਂ ਉਹ ਇੱਕ ਵਾਰੀ ਇੱਕ ਦੀਵਾ ਜਗਾਇਆ ਤੇ ਅੱਗੇ ਬਹੁਤ ਜਗਣੀ ਹੈ ਜੀ ਨਾਲ ਨਾਲ ਨਹੀਂ ਜੀ ਭਲਿਓਂ ਭਲੀ ਪਈ ਹੋਰੇ ਇੱਥੇ ਪਤਾ ਨਹੀਂ ਕੀ ਭਲਾ ਸਾਹਮਣੇ ਆ ਜਾਣਾ ਕਿਆ ਬਾਤ ਹੈ ਇਸ ਵਾਸਤੇ ਨਾ ਨਹੀਂ ਬਹੁਤ ਜਿਹੜੇ ਇੱਥੇ ਜਿਹੜੇ ਸ਼ਾਇਰ ਆ ਬਹੁਤ ਸੋਹਣਾ ਲਿਖਦੇ ਆ ਜਿਨ੍ਹਾਂ ਦਾ ਸੋਰਸ ਮੈਂ ਜਿਹੜਾ ਸਮਝਦਾ ਜੀ ਬਹੁਤ ਵਧੀਆ ਗੱਲ ਫੇਸਬੁੱਕ ਤੇ ਵੇਖ ਕੇ ਤੇ ਵਾਹ ਵਾਹ ਕਰ ਉੱਠੀਦਾ ਤੇ ਤਾਂ ਹੀ ਇਹ ਸਾਡਾ ਸਾਰਾ ਤਾਲਮੇਲ ਇੱਕ ਦੂਜੇ ਨਾਲ ਬਣਾਉਣ ਦਾ ਕਾਵਸ਼ਾਰ ਦਾ ਜਿਹੜਾ ਸਬੱਬ ਬਣਿਆ ਜੀ ਤੁਸੀਂ ਇਹ ਕੋਈ ਐਸਾ ਅਰੇਂਜ ਕਰੋ ਕਿ 2 ਸਤੰਬਰ ਤੋਂ ਪਹਿਲੇ ਪਹਿਲੇ ਸਾਡੀ ਸਿਟਿੰਗ ਹੋਵੇ ਬਿਲਕੁਲ ਕੋਸ਼ਿਸ਼ ਆਪਾਂ ਟੀਮ ਨੂੰ ਰਿਕੁਐਸਟ ਕਰਾਂਗੇ ਕਿ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਪਲਾਨ ਕੀਤਾ ਜਾਵੇ ਕਿ ਜਿਹੜੀ ਇੱਕ ਵਹਾਓ ਜਿਹੜਾ ਆਪਾਂ ਕਾਵਸ਼ਾਰ ਦਾ ਮਤਲਬ ਵੀ ਇਹ ਕਹਿੰਦੇ ਵੀ ਕਵਿਤਾ ਦਾ ਵਹਾਓ ਜੀ ਤੁਸੀਂ ਵੀ ਕਰੋ ਮੈਂ ਰਾਕੇਸ਼ ਭਾਈ ਹਾਂਜੀ ਮੋਹਿਤ ਤੇ ਸਾਡਾ ਲੀਡਰ ਹੈ ਮਨੂ ਸਿਧਾਨਾ ਕੀ ਬਾਤ ਮੈਂ ਲੀਡਰ ਸਾਹਿਬ ਨਾਲ ਅੱਜ ਗੱਲ ਕਰਾਂਗਾ ਕੀ ਬਾਤ ਹੈ ਲੀਡਰ ਹਾਂਜੀ ਉਹ ਵੀ ਕੋਸ਼ਿਸ਼ ਕਰਨ ਨਹੀਂ ਨਹੀਂ ਕਰ ਰਹੇ ਜੀ ਉਹ ਤਾਂ ਪੂਰੀ ਕੋਸ਼ਿਸ਼ ਕਰ ਰਹੇ ਗਰਾਊਂਡ ਵਰਕ ਤੇ ਉਹ ਆਪਣਾ ਸਾਰਾ ਜਿਹੜਾ ਜ਼ਿੰਮੇਵਾਰੀ ਨਿਭਾ ਰਹੇ ਆ ਤੇ ਜਿਹੜੀ ਇੱਕ ਬਣਦਾ ਆਪਣਾ ਜਿਹੜਾ ਸਟਾਈਲ ਆ ਜੀ ਜਿਹੜਾ ਉਹ ਤੁਹਾਡਾ ਸਟਾਈਲ ਜਿਹੜਾ ਮੁਸ਼ਾਇਰੇ ਵਾਲਾ ਜੀ ਉਹ ਮੈਂ ਦੇਖਦਾ ਕਿ ਤੁਹਾਡਾ ਬੈਠ ਕੇ ਆ ਜਿਵੇਂ ਨਾਰਮਲ ਜਿਹੜਾ ਆਪਾਂ ਕਹਿ ਦਿੰਦੇ ਮੁਸ਼ਾਇਰਾ ਜਿਹੜਾ ਹੁੰਦਾ ਜੀ ਜੀ ਉਹ ਰਵਾਇਤੀ ਜੀ ਜੀ ਤੇ ਤੁਹਾਡਾ ਅਗਰ ਸਿਸਟਮ ਉੱਥੇ ਹੋਇਆ ਵੀ ਖਲੋ ਕੇ ਪੜਨ ਵਾਲਾ ਹਾਂਜੀ ਮੈਂ ਇਹੀ ਥੋੜੀ ਮੈਂ ਤੇ ਜਿੱਥੇ ਬੈਠਾ ਹੋਊਗਾ ਮੈਂ ਕਹਾਂਗਾ ਮਾਈਕ ਇੱਥੇ ਦੇ ਦੋ ਮਾਈਕ ਜਾਂ ਮੇਰੇ ਵਾਸਤੇ ਕੋਈ ਸਿਟਿੰਗ ਅਰੇਂਜ ਕਰ ਦਿਓ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਆਪਾਂ ਥੋੜਾ ਜਿਹਾ ਮੈਸੇਜ ਹੀ ਇਹ ਪਹੁੰਚਾਉਣਾ ਸੀਗਾ ਕਿ ਵੀ ਉਹਦਾ ਰੰਗ ਆਪਾਂ ਕਿਵੇਂ ਰੱਖਿਆ ਜਾਵੇ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਨਹੀਂ ਆਪਣੇ ਜਿਹੜੇ ਚਾਹੁਣ ਵਾਲੇ ਆ ਉਹ ਇੱਥੇ ਹੈ ਤਾਂ ਸਾਊਥ ਈਸਟ ਦੇ ਵਿੱਚ ਇਹ ਹੋਣ ਜਾ ਰਿਹਾ ਇਹ ਜਿਹੜਾ ਮੈਲਬਨ ਦਾ ਸਾਊਥ ਈਸਟ ਹੈ ਪਰ ਨੌਰਥ ਵੱਲੋਂ ਵੈਸਟ ਵੱਲੋਂ ਜਿਹੜੇ ਈਸਟ ਵੱਲੋਂ ਵੀ ਲੋਕ ਇੱਥੇ ਪਹੁੰਚਦੇ ਆ ਆਪਣੇ ਜਿਹੜੇ ਪਿਆਰ ਕਰਨ ਵਾਲੇ ਆ ਮੈਂ ਤੇ ਪਾਕਿਸਤਾਨ ਹੁੰਦਿਆਂ ਵੀ ਇੱਕ ਸੱਦਾ ਦਿੱਤਾ ਸੀ ਸਾਰੇ ਦੋਸਤਾਂ ਨੂੰ ਕਿ ਮੇਰੀ ਖਾਹਿਸ਼ ਹੈ ਮੈਂ ਜ਼ਿਆਦਾ ਜ਼ਿਆਦਾ ਪੰਜਾਬੀ ਪਿਆਰਾਂ ਨੂੰ ਮਿਲਾਂ ਹਾਂਜੀ ਹਾਂਜੀ ਤੇ ਚੰਗਾ ਲੱਗੂਗਾ ਜਿਹੜੇ ਤੁਹਾਡੇ ਨਾਲ ਪੇਜ ਤੇ ਜੁੜੇ ਆ ਜਿਹੜੇ ਤੁਹਾਡੇ ਪਾਕਿਸਤਾਨੀ ਭਰਾ ਸੱਜਣ ਬੱਚੇ ਆ ਜਿਹੜੇ ਤੁਹਾਡੇ ਜੀ ਉਹਨਾਂ ਦਾ ਕੀ ਰਿਸਪੌਂਸ ਆ ਰਿਹਾ ਪੇਜ ਤੇ ਤੁਹਾਨੂੰ ਬਹੁਤ ਬਹੁਤ ਅੱਛਾ ਆ ਰਿਹਾ ਬਹੁਤ ਖੂਬ ਜੀ ਬਹੁਤ ਹੀ ਅੱਛਾ ਆ ਰਿਹਾ ਉਹਨਾਂ ਨੂੰ ਵੀ ਮੈਂ ਕਹਿੰਦਾ ਵੀ ਇੱਕ ਵਾਰੀ ਇੰਟਰਵਿਊ ਦੇ ਵਿੱਚ ਵੀ ਰਿਕੁਐਸਟ ਕਰ ਦਿਓ ਕਿ ਪਲੀਜ਼ ਜ਼ਰੂਰ ਪਹੁੰਚਣ ਜੀ ਮੈਂ ਤਾਂ ਰਿਕੁਐਸਟ ਕਰ ਰਿਹਾ ਹਾਂਜੀ ਕਿ ਜੇ ਮੈਂ 1000 ਮੀਲ ਤੋਂ ਆ ਸਕਦਾ ਤਾਂ ਤੁਸੀਂ 4 ਕਦਮਾਂ ਤੋਂ ਨਹੀਂ ਆ ਸਕਦੇ ਜ਼ਰੂਰ ਆਓ ਮਿਲ ਬੈਠਦੇ ਹਾਂ ਚੰਗਾ ਲੱਗੂਗਾ ਇਹਨਾਂ ਨੂੰ ਇੱਕ ਥੋੜ੍ਹਾ ਜਿਹਾ ਲਾਲਚ ਆਪਾਂ ਇਹ ਦੇ ਸਕਦੇ ਹਾਂ ਜਿਹੜੇ ਕਵਿਤਾ ਨੂੰ ਪਿਆਰ ਕਰਨ ਵਾਲੇ ਕਿ ਇੱਕ ਦੋ ਕਵਿਤਾਵਾਂ ਹੋਰ ਜਿਹੜੀਆਂ ਰੰਗ ਭੱਜੇ ਅਤੇ ਇਹ ਦਰਸ਼ਕੋ ਤੁਹਾਨੂੰ ਸੁਣਾਵਾਂਗੇ ਸਾਰੀਆਂ ਪੁਰਾਣੀਆਂ ਹੀ ਜਿਹੜੀਆਂ ਕਿ ਆਪਾਂ ਪਹਿਲਾਂ ਹੀ ਸੁਣ ਚੁੱਕੇ ਹਾਂ ਨਵੀਆਂ ਜਿਹੜੀਆਂ ਰਚਨਾਵਾਂ ਕਲੀਮ ਸਾਹਿਬ ਨੇ ਆਪਣੇ ਨਾਲ ਵਾਅਦਾ ਕੀਤਾ ਕਿ ਨਵੀਆਂ ਰਚਨਾਵਾਂ ਜਿਹੜੀਆਂ ਇਹਨਾਂ ਨੇ ਲਿਖੀਆਂ ਉਹ ਕਾਵਸ਼ਾਰ ਦੇ ਵਿੱਚ ਹੀ ਪੇਸ਼ ਹੋਣਗੀਆਂ ਜਿਹੜੀ ਇੱਕ 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 ਗਜ਼ਲ ਥੋੜੀ ਬਹੁਤ ਖੂਬਸੂਰਤ ਆ ਰੂਪ ਕਿਸੇ ਦੀ ਜਾਗੀਰ ਨਹੀਂ ਹੁੰਦੀ ਬਹੁਤ ਟੱਚ ਕਰਦੀ ਰੂਪ ਕੋਈ ਜਾਗੀਰ ਨਹੀਂ ਹੁੰਦੀ ਰੂਪ ਕੋਈ ਜਾਗੀਰ ਨਹੀਂ ਹੁੰਦੀ ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ ਬਹੁਤ ਖੂਬ ਜੀ ਕਿਆ ਕਿਆ ਕਿਹਾ ਜੀ ਕਿਆ ਕਿਹਾ ਬਹੁਤ ਖੂਬ ਸ਼ੀਸ਼ੇ ਸਾਵੇਂ ਮੈਂ ਹੀ ਹੁੰਦਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਕਿਆ ਬਾਤ ਹੈ ਜੀ ਬਹੁਤ ਖੂਬ ਸ਼ੀਸ਼ੇ ਸਾਵੇਂ ਮੈਂ ਹੀ ਹੁੰਦਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਬੰਦੇ ਨੂੰ ਕੁਝ ਕਰ ਦਿੰਦੀ ਹੈ ਬੰਦੇ ਨੂੰ ਕੁਝ ਕਰ ਦਿੰਦੀ ਹੈ ਦੌਲਤ ਆਪ ਅਮੀਰ ਨਹੀਂ ਹੁੰਦੀ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਖੂਬ ਬਹੁਤ ਅੱਛੀ ਲੱਭੋ ਕੌਣ ਹੈ ਲੁੱਟਣ ਵਾਲਾ ਕਿਆ ਵਾ ਲੱਭੋ ਕੌਣ ਹੈ ਲੁੱਟਣ ਵਾਲਾ
ਜੋ ਵੀ ਹੈ ਤਕਦੀਰ ਨਹੀਂ ਹੁੰਦੀ, ਤਕਦੀਰ ਨਹੀਂ ਹੁੰਦੀ। ਬਹੁਤ ਅੱਛਾ ਕਿਹਾ ਜੀ। ਵੇਖੋ ਇੱਕ ਚੜ੍ਹਦੀ ਕਲਾ ਵਾਲਾ ਆਪਾਂ ਕਹਿ ਸਕਦੇ ਹਾਂ ਕਿ ਵੀ ਇੱਕ ਜਿਹੜੇ ਤਕਦੀਰ ਦਾ ਬਹਾਨਾ, ਨਸੀਬਾਂ ਦਾ ਬਹਾਨਾ ਲਾ ਕੇ ਇੱਕ ਕਿਸੇ ਨੇ ਗੱਲ ਸਮਝਾਉਣੀ ਕਿ ਵੀ ਤਕਦੀਰ ਨਹੀਂ, ਮਿਹਨਤ ਕਰ, ਤੈਨੂੰ ਕੁਛ ਲੁੱਟਣ ਵਾਲਾ ਜਾਂ ਤੇਰੀ ਜਿਹੜੀ ਤੇਰਾ ਸਿੱਖਿਆ ਤੰਤਰ ਹੈ ਉਹ ਗਲਤ ਆ ਜਾਂ ਤੇਰਾ ਹੋਰ ਸਿਸਟਮ ਦੇ ਵਿੱਚ ਤੂੰ ਗਲਤ ਫਸਿਆ ਵਾ, ਇਹ ਦੋ ਲੈਣਾਂ 'ਚ ਸਮਝਾਈ ਗੱਲ। ਬਹੁਤ ਇਹ ਕਵੀ ਦੀ ਖੂਬਸੂਰਤੀ ਹੈ ਜੀ, ਬਹੁਤ ਵਧੀਆ। ਹੁਣ ਜਿਹੜਾ ਇੱਕ ਮੈਂ ਦੇਖ ਰਿਹਾ ਸੀਗਾ ਤੁਹਾਡੇ 'ਚ ਜਿਹੜਾ ਥੋੜ੍ਹਾ ਜਿਹਾ ਕ੍ਰਾਂਤੀਕਾਰੀ ਜਾਂ ਆਪਾਂ ਕਹਿ ਦਈਏ ਮਨੁੱਖਤਾ ਦੇ ਨੇੜੇ, ਮਾਨਵਤਾ ਦੇ ਨੇੜੇ, ਉਹ ਜਜ਼ਬਾ ਜਿਹੜਾ ਨਾ ਤੁਹਾਡਾ ਮੈਨੂੰ ਬਹੁਤ ਪਿਆਰਾ ਲੱਗਿਆ ਕਿ ਜਿਹੜੇ ਜਿਹੜੀ ਇੱਕ ਗਲਤ ਤਾਲੀਮ ਦਿੱਤੀ ਜਾਂਦੀ ਹੈ ਕਿਸੇ ਨੂੰ, ਜਿਹੜਾ ਆਪਾਂ ਕਹਿ ਲੈਣ ਵੀ ਜਿਹੜਾ ਆਪਾਂ ਮੰਨਦੇ ਹਾਂ ਕਿ ਬੱਚੇ ਨੂੰ ਹਜੇ ਅਕਲ ਨਹੀਂ, ਉਹ ਬੱਚਾ ਸਿੱਖ ਰਿਹਾ ਹਜੇ, ਸਿੱਖ ਦੇ ਬੱਚੇ ਨੂੰ ਇਹ ਸਿਖਾ ਦੇਣਾ ਕਿ ਵੀ ਬੰਬ ਨਾਲ ਬੰਨ ਕੇ ਲੋਕਾਂ ਨੂੰ ਉਡਾ ਦੇਣਾ ਕਾਫਰਾਂ ਨੂੰ, ਜੰਨਤ ਨਸੀਬ ਹੁੰਦੀ ਆ। ਉਹਦੇ 'ਤੇ ਤੁਸੀਂ ਬਹੁਤ ਸੋਹਣੀ ਰਚਨਾ ਲਿਖੀ ਸੀ, ਇੱਕ ਉਹ ਪਲੀਜ਼ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ। ਮੈਂ ਉਸ ਤੋਂ ਪਹਿਲੇ ਇੱਕ ਸ਼ੇਰ ਹੋਰ ਸੁਣਾਉਂਦਾ ਜੀ। ਧੰਨਵਾਦ ਜੀ। ਮੈਨੂੰ ਮਾਂ ਦੇ ਪੈਰਾਂ ਪਾਸੇ ਨੱਪਣਾ, ਹਾਂਜੀ, ਮੈਨੂੰ ਮਾਂ ਦੇ ਪੈਰਾਂ ਪਾਸੇ ਨੱਪਣਾ, ਜੰਨਤ ਮੈਨੂੰ ਆਪੇ ਲੱਭਦੀ ਆਵੇਗੀ। ਕਿਆ ਬਾਤ ਆ ਜੀ, ਬਹੁਤ ਅੱਛੀ। ਜੰਨਤ ਵਿੱਚ ਜਾਣਾ ਤੇ ਹੋਰ ਗੱਲ ਹੈ ਨਾ ਜੀ, ਹਾਂਜੀ ਹਾਂਜੀ, ਜੰਨਤ ਲੱਭਦੀ ਆਵੇਗੀ ਇਹ ਹੋਰ ਗੱਲ ਹੈ। ਸਹੀ ਹੈ ਜੀ, ਬਿਲਕੁਲ। ਉਹ ਜਿਹੜਾ ਤੁਸੀਂ ਕਹਿ ਰਿਹਾ ਸੀਗੇ ਉਹ ਸੀ ਜੀ, ਬਚਣਗੇ ਉਹ ਖਰੇ ਨੇ ਜਿਹੜੇ, ਖਰੇ ਨੇ ਜਿਹੜੇ ਬਚਣਗੇ ਉਹ ਖਰੇ ਨੇ ਜਿਹੜੇ, ਉਹ ਮੋਏ ਸਮਝੋ ਡਰੇ ਨੇ ਜਿਹੜੇ। ਵਾਹ ਜੀ ਵਾਹ, ਬਚਣਗੇ ਉਹ ਖਰੇ ਨੇ ਜਿਹੜੇ, ਉਹ ਮੋਏ ਸਮਝੋ ਡਰੇ ਨੇ ਜਿਹੜੇ, ਕਦੀ ਨਾ ਅੱਖਾਂ 'ਚ ਰੇਤ ਉੱਡਦੀ, ਉਹ ਸੱਤ ਸਮੁੰਦਰ ਭਰੇ ਨੇ ਜਿਹੜੇ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਅੱਛਾ। ਕਦੀ ਨਾ ਅੱਖਾਂ 'ਚ ਰੇਤ ਉੱਡਦੀ, ਉਹ ਸੱਤ ਸਮੁੰਦਰ ਭਰੇ ਨੇ ਜਿਹੜੇ, ਉਹ ਬੰਬ ਵਾਲਾ ਸ਼ਹੀਦ ਸਮਝਾਂ ਤੇ ਇਹ ਵਿਚਾਰੇ ਮਰੇ ਨੇ ਜਿਹੜੇ। ਓਹ ਹੋ ਹੋ ਹੋ, ਵਾਹ ਵਾਹ, ਬਹੁਤ। ਉਹ ਬੰਬ ਵਾਲਾ ਸ਼ਹੀਦ ਸਮਝਾਂ ਤੇ ਇਹ ਵਿਚਾਰੇ ਮਰੇ ਨੇ ਜਿਹੜੇ, ਤੂੰ ਸਿਰਫ ਲਾਸ਼ਾਂ ਵਿਖਾ ਰਿਹਾ ਹੈ ਤੇ ਸਾਡੇ ਚੁੱਲ੍ਹੇ ਠਹਿਰੇ ਨੇ ਜਿਹੜੇ। ਬਹੁਤ ਵਧੀਆ ਜੀ, ਬਹੁਤ ਅੱਛੇ ਜੀ, ਬਹੁਤ ਖੂਬ। ਇਹ ਜਿਹੜੀ ਜਿਹੜਾ ਦਰਦ ਆ ਨਾ ਜੀ, ਇਹ ਸਾਡੇ ਪੰਜਾਬਾਂ ਦਾ, ਇਹ ਕਹਿ ਲਓ ਆਪਣੇ ਦੇਸ਼ਾਂ ਦਾ ਜੀ, ਜਿਹੜਾ ਰਾਜਨੀਤਿਕ ਤੰਤਰ ਆ ਨਾ ਜਿਹੜੇ, ਉਹ ਤਕਰੀਬਨ ਹੀ ਇੱਕੋ ਤਰ੍ਹਾਂ ਦਾ ਕੰਮ ਕਰ ਰਿਹਾ, ਪਰ ਜਿਹੜੇ ਤੁਹਾਡੇ ਵਰਗੇ ਜਾਗਰੂਕ ਲੋਕ ਆ ਉਹ ਕਿਸੇ ਵੀ ਤਰੀਕੇ ਜਿਹੜਾ ਯੋਗਦਾਨ ਪਾ ਰਹੇ ਆ ਮਨੁੱਖਤਾ ਨੂੰ ਬਚਾਈ ਰੱਖਣ ਵਾਸਤੇ, ਤੇ ਸਲਾਮ ਆ ਤੁਹਾਨੂੰ। ਬਹੁਤ ਜੀ ਜੀ, ਸਲਾਮਤ ਰਹੋ, ਜਰ ਜੁਗ ਜੀ ਕੋ। ਬਿਲਕੁਲ ਜੀ, ਧੰਨਵਾਦ। ਅੱਜ ਲੋ ਜੀ ਮਿਲਦੇ ਹਾਂ, 2 ਤਰੀਕ, ਹਾਂਜੀ, 2 ਸਤੰਬਰ ਨੂੰ ਮਿਲਦੇ ਹਾਂ। 2 ਸਤੰਬਰ ਜੀ, 2 ਵਜੇ, ਦਿਨ ਐਤਵਾਰ ਆ ਜੀ, ਕਲੇਟਨ ਹਾਲ, ਇਹ 264 ਕਲੇਟਨ ਰੋਡ, ਸਟੇਸ਼ਨ ਦੇ ਬਿਲਕੁਲ ਨੇੜੇ ਆ, ਅਤੇ ਜ਼ਰੂਰ ਪਹੁੰਚੋ, ਸਾਡਾ ਜਿਹੜਾ ਸੱਦਾ ਕਬੂਲ ਕਰਿਓ ਅਤੇ ਤੁਹਾਡੇ ਮਹਿਬੂਬ ਸ਼ਾਇਰ ਦੇ ਨਾਲ ਤੁਹਾਡਾ ਜਿਹੜਾ ਵਕਤ ਗੁਜ਼ਰੂਗਾ ਅਤੇ ਸਾਨੂੰ ਵੀ ਬਹੁਤ ਜਿਹੜਾ ਆਪਣਾ ਧੰਨ ਭਾਗ ਨਸੀਬ ਜਿਹੜਾ ਸਾਨੂੰ ਬਹੁਤ ਵਧੀਆ ਲੱਗੂਗਾ। ਇੱਕ ਰਿਕੁਐਸਟ ਸਿਰਫ ਇਹੀ ਹੈ ਕਿ ਜੇ ਤੁਹਾਡੇ ਕੋਲੋਂ ਟਾਈਮ ਲੱਗਦਾ ਜਾਂ ਨਹੀਂ ਲੱਗਦਾ ਜਾਂ ਕਿਵੇਂ ਵੀ ਹੈ, ਤੁਸੀਂ ਇਸ ਚੀਜ਼ ਨੂੰ ਪਸੰਦ ਕਰਦੇ ਹੋ, ਇਹ ਮੈਸੇਜ ਜਿੱਥੇ ਵੀ ਜਾ ਰਿਹਾ ਪਿਆਰ ਕਰਨ ਵਾਲਿਆਂ ਤੱਕ, ਕਵਿਤਾ ਨੂੰ ਪਿਆਰ ਕਰਨ ਵਾਲਿਆਂ ਤੱਕ ਇਹ ਜ਼ਰੂਰ ਮੈਸੇਜ ਪਹੁੰਚਾਇਓ ਸਾਡਾ, ਅਤੇ ਤੁਹਾਡਾ ਇਸ ਪ੍ਰੋਗਰਾਮ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਕਲੀਮ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਵੈਲਕਮ ਜੀ। ਥੈਂਕ ਯੂ ਬਾਬਾ ਜੀ, ਥੈਂਕ ਯੂ।